ਆਹ ਦੇਖੋ ਕੀ ਪੜ੍ਹਾਇਆ ਜਾ ਰਿਹਾ ਕੈਨੇਡਾ ਦੇ ਸਕੂਲਾਂ ਵਿੱਚ। ਇੰਡੀਆ ਤੋਂ ਅਸੀਂ ਆਉਂਦੇ ਹਾਂ ਵੀ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ, ਚੰਗਾ ਭਵਿੱਖ ਦੇ ਸਕੀਏ। ਆਹ ਪੰਜਾਬੀ ਭਾਈਚਾਰੇ ਨੂੰ ਬਿਲੋਂਗ ਕਰਦੀ BC ਦੀ ਐਜੂਕੇਸ਼ਨ ਮਿਨਿਸਟਰ ਰਚਨਾ ਸਿੰਘ ਇਸ ਸੋਜੀ ਨਾਂ ਦੀ ਐਜੂਕੇਸ਼ਨ ਨੂੰ ਫੋਰਸ ਕਰ ਰਹੀ ਹੈ ਸਕੂਲਾਂ ਵਿੱਚ। ਬਜਾਏ ਮੈਥ ਅਤੇ ਸਾਇੰਸ ਵਿੱਚ ਐਕਸਪਰਟ ਬਣਾਉਣ ਦੇ, ਸਾਡੇ ਬੱਚਿਆਂ ਨੂੰ ਜੈਂਡਰ ਚੇਂਜ ਕਰਨ ਲਈ, ਸੇਮ ਜੈਂਡਰ ਵਿੱਚ ਰਿਲੇਸ਼ਨ ਬਣਾਉਣ ਲਈ ਐਜੂਕੇਟ ਕਰਦੇ ਪਏ ਹਾਂ। ਇਹ ਤੁਸੀਂ ਖੁਦ ਹੀ ਫੋਟੋਆਂ ਦੇਖੋ, ਇਹ ਐਲੀਮੈਂਟਰੀ ਸਕੂਲ ਦੀ ਲਾਇਬ੍ਰੇਰੀ ਬੁੱਕਸ ਦੇ ਵਿੱਚ, ਸੈਕੰਡਰੀ ਸਕੂਲ ਦੀ ਲਾਇਬ੍ਰੇਰੀ ਬੁੱਕਸ ਦੇ ਵਿੱਚ ਕੀ ਕੁਛ ਪੜ੍ਹਾਇਆ ਜਾ ਰਿਹਾ। ਆਹ ਕਾਲੇ ਟੈਂਪਲੇਟ 'ਤੇ ਜਿਹੜੀ ਤੁਸੀਂ ਰਾਈਟ ਸਾਈਡ 'ਤੇ ਫੋਟੋ ਦੇਖ ਰਹੇ ਹੋ, ਇਹ ਇੱਕ ਕੁੜੀ ਸਰਜਰੀ ਕਰਾ ਕੇ ਮੁੰਡਾ ਬਣੀ ਹੋਈ ਹੈ। ਇਹ ਚੀਜ਼ਾਂ ਸਾਡੇ ਸਕੂਲਾਂ ਵਿੱਚ ਪੜ੍ਹਾਈਆਂ ਜਾ ਰਹੀਆਂ ਨੇ। ਹੁਣ ਤਾਂ ਕਦੇ ਕਦੇ ਇਹ ਵੀ ਸੋਚਦੇ ਹਾਂ ਵੀ ਕੈਨੇਡਾ ਵਿੱਚ ਰਹਿਣਾ ਵਰਥ ਇਟ ਹੈਗਾ ਕਿ ਨਹੀਂ। ਬਹੁਤ ਲੋਕ ਤਾਂ ਇਹ ਵੀ ਸਲਾਹਾਂ ਕਰ ਰਹੇ ਵੀ ਹੁਣ ਛੱਡੀਏ ਕੈਨੇਡਾ ਨੂੰ ਅਤੇ ਚੱਲੀਏ ਇੰਡੀਆ।